ਨੇ ਮੇਰੇ ਕੋਲ ਚੁਆਇਸ ਕੋਈ ਨਹੀਂ ਨਿਊਟਰਲ ਰਹਿਣਾ ਚੁੱਪ ਰਹਿਣਾ ਜਾਂ ਸਾਈਡ ਨਾ ਲੈਣਾ ਕੋਈ ਚੁਆਇਸ ਨਹੀਂ ਹੈਗੀ ਇਹਦਾ ਵਿਰੋਧ ਕਰਨੀ ਮੇਰੇ ਕੋਲ ਚੁਆਇਸ ਹੈ ਇਸ ਕਰਕੇ ਮੈਂ ਕਾਂਗਰਸ ਗਿਆ ਹੈਗਾ ਕਿਉਂਕਿ ਮੈਨੂੰ ਇੱਕ ਪਲੇਟਫਾਰਮ ਚਾਹੀਦਾ ਜਿੱਥੇ ਮੇਰੀ ਗੱਲ ਗੂੰਜ ਸਕੇ ਮਲਟੀਪਲਾਈ ਮੈਗਨੀਫਾਈ ਹੋ ਸਕੇ ਤਾਂ ਉਹ ਇਸ ਕਰਕੇ ਮੈਂ ਕੱਲ੍ਹ ਕਾਂਗਰਸ ਜੁਆਇਨ ਕੀਤੀ ਹੈਗੀ ਹੈ ਵਿਦਆਊਟ ਐਨੀ ਇੱਛਾ ਮੈਨੂੰ ਕੋਈ ਇੱਛਾ ਨਹੀਂ ਹੈਗੀ ਆਈ ਐਮ ਫੁੱਲ ਆਫ ਲਾਈਫ ਮੈਂ ਜ਼ਿੰਦਗੀ ਤੋਂ ਭਰਪੂਰ ਹੈਗਾ ਦੇਖੋ ਜਿੱਦਾਂ ਬੜਾ ਚੈਲੇਂਜ ਕਾਂਗਰਸ ਸਮਝਦੀ ਹੈ ਕਿ ਡਾਕਟਰ ਗਾਂਧੀ ਇਸ ਗੱਲ ਦੇ ਕਾਬਿਲ ਹੈਗਾ ਕਿ ਉਹ ਇਸ ਸੀਟ ਨੂੰ ਫੈਕਟਰੀ ਲੜ ਸਕਦਾ ਹੈਗਾ ਹੈ ਔਰ ਇਹਨਾਂ ਤਾਕਤਾਂ ਨੂੰ ਭਾਂਜ ਦੇ ਸਕਦਾ ਹਰਾ ਸਕਦਾ ਹੈਗਾ ਤਾਂ ਲਾਜ਼ਮੀ ਮੈਂ ਆਪਣੀਆਂ ਸੀਮਤਾਈਆਂ ਹੋਣ ਦੇ ਬਾਵਜੂਦ ਸਿਹਤ ਦੀਆਂ ਉਮਰ ਦੀਆਂ ਫੈਮਿਲੀ ਕੰਡੀਸ਼ਨ ਦੀਆਂ ਉਹਦੇ ਬਾਵਜੂਦ ਪੈਸੇ ਦੀਆਂ ਮੈਂ ਉਹਦੇ ਬਾਵਜੂਦ ਇਹ ਜੰਗ ਲੜੂੰਗਾ ਔਰ ਇਹ ਜੰਗ ਲੜੀ ਜਾਊਗੀ ਕਿਉਂਕਿ ਮੇਰੀ ਬੁਨਿਆਦੀ ਫਾਈਟ ਮੇਰੀ ਭਾਜਪਾ ਨਾਲ ਕਿਉਂਕਿ ਭਾਜਪਾ ਦੇਸ਼ ਦਾ ਕਰੈਕਟਰ ਬਦਲਣ ਜਾ ਰਹੀ ਹੈ ਦੇਸ਼ ਸਾਡੀ ਜਮਹੂਰੀਅਤ ਨੂੰ ਖਤਮ ਕਰਨ ਜਾ ਰਹੀ ਸੰਵਿਧਾਨ ਨੂੰ ਖਤਰਾ ਖੜਾ ਹੋ ਗਿਆ ਭਾਜਪਾ ਦੇ ਇੱਕ MP ਨੇ ਤਾਂ ਕਹਿ ਵੀ ਦਿੱਤਾ ਕਿ 400 ਜਦੋਂ ਪਾਰ ਦਾ ਮਤਲਬ ਹੈ ਕਿ ਅਸੀਂ ਸੰਵਿਧਾਨ ਬਦਲਾਂਗੇ ਜੋ ਸੰਵਿਧਾਨ ਬਦਲਾਂਗੇ ਤਾਂ ਸਾਡੇ ਸੋ ਸਾਰੇ ਤੁਹਾਡਾ ਮੀਡੀਆ ਦੀ ਆਜ਼ਾਦੀ ਖਤਮ ਹੋਊਗੀ ਵੋਟ ਪਾਉਣ ਦੇ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤੇ ਹੈ ਰੈਜ਼ਰਵੇਸ਼ਨ ਸੰਵਿਧਾਨ ਨੇ ਦਿੱਤੀ ਹੈਗੀ ਹੈ ਮਤਲਬ ਆਈਡੀਆ ਆਫ ਫ੍ਰੀ ਫ੍ਰੀਡਮ ਆਫ ਐਕਸਪ੍ਰੈਸ਼ਨ ਸੰਵਿਧਾਨ ਹੈ ਸਾਨੂੰ ਸੰਵਿਧਾਨ ਨੇ ਬਹੁਤ ਕੁਝ ਦਿੱਤਾ ਹੋਇਆ ਜਿਸ ਕਰਕੇ ਅਸੀਂ ਇੱਕ ਨਾਗਰਿਕ ਤੋਂ ਇੱਕ ਵੋਟਰ ਤੋਂ ਨਾਗਰਿਕ ਬਣੇ ਹੈਗੇ ਅਸੀਂ ਰਾਜ ਹੁਣ ਰਾਜ ਦੀ ਪਰਜਾ ਨਹੀਂ ਹੈਗੇ ਅਸੀਂ ਨਾਗਰਿਕ ਹੈ ਸਾਡੇ ਇੱਕੋ ਹੀ ਵੋਟ ਮੇਰੀ ਹੈ ਇੱਕੋ ਹੀ ਵੋਟ ਰਾਹੁਲ ਗਾਂਧੀ ਦੀ ਹੈ ਇੱਕੋ ਹੀ ਵੋਟ ਪ੍ਰਕਾਸ਼ ਸਿੰਘ ਬਾਦਲ ਦੀ ਸੀ ਇੱਕੋ ਹੀ ਮਹਾਰਾਣੀ ਪ੍ਰਨੀਤ ਕੌਰ ਦੀ ਸ਼੍ਰੀਮਤੀ ਨੇ ਮੇਰੇ ਕੋਲ ਚੁਆਇਸ ਕੋਈ ਨਹੀਂ ਨਿਊਟਰਲ ਰਹਿਣਾ ਚੁੱਪ ਰਹਿਣਾ ਜਾਂ ਸਾਈਡ ਨਾ ਲੈਣਾ ਕੋਈ ਚੁਆਇਸ ਨਹੀਂ ਹੈਗੀ ਇਹਦਾ ਵਿਰੋਧ ਕਰਨੀ ਮੇਰੇ ਕੋਲ ਚੁਆਇਸ ਹੈ ਇਸ ਕਰਕੇ ਮੈਂ ਕਾਂਗਰਸ ਗਿਆ ਹੈਗਾ ਕਿਉਂਕਿ ਮੈਨੂੰ ਇੱਕ ਪਲੇਟਫਾਰਮ ਚਾਹੀਦਾ ਜਿੱਥੇ ਮੇਰੀ ਗੱਲ ਗੂੰਜ ਸਕੇ ਮਲਟੀਪਲਾਈ ਮੈਗਨੀਫਾਈ ਹੋ ਸਕੇ ਤਾਂ ਉਹ ਇਸ ਕਰਕੇ ਮੈਂ ਕੱਲ੍ਹ ਕਾਂਗਰਸ ਜੁਆਇਨ ਕੀਤੀ ਹੈਗੀ ਹੈ ਵਿਦਆਊਟ ਐਨੀ ਇੱਛਾ ਮੈਨੂੰ ਕੋਈ ਇੱਛਾ ਨਹੀਂ ਹੈਗੀ ਆਈ ਐਮ ਫੁੱਲ ਆਫ ਲਾਈਫ ਮੈਂ ਜ਼ਿੰਦਗੀ ਤੋਂ ਭਰਪੂਰ ਹੈਗਾ ਦੇਖੋ ਜਿੱਦਾਂ ਬੜਾ ਚੈਲੇਂਜ ਹੈ ਕਾਂਗਰਸ ਸਮਝਦੀ ਹੈ ਕਿ ਡਾਕਟਰ ਗਾਂਧੀ ਇਸ ਗੱਲ ਦੇ ਕਾਬਿਲ ਹੈਗਾ ਕਿ ਉਹ ਇਸ ਸੀਟ ਨੂੰ ਫੈਕਟਰੀ ਲੜ ਸਕਦਾ ਹੈਗਾ ਹੈ ਔਰ ਇਹਨਾਂ ਤਾਕਤਾਂ ਨੂੰ ਭਾਂਜ ਦੇ ਸਕਦਾ ਹਰਾ ਸਕਦਾ ਹੈਗਾ ਤਾਂ ਲਾਜ਼ਮੀ ਮੈਂ ਆਪਣੀਆਂ ਸੀਮਤਾਈਆਂ ਹੋਣ ਦੇ ਬਾਵਜੂਦ ਸਿਹਤ ਦੀਆਂ ਉਮਰ ਦੀਆਂ ਫੈਮਿਲੀ ਕੰਡੀਸ਼ਨ ਦੀਆਂ ਉਹਦੇ ਬਾਵਜੂਦ ਪੈਸੇ ਦੀਆਂ ਮੈਂ ਉਹਦੇ ਬਾਵਜੂਦ ਇਹ ਜੰਗ ਲੜੂੰਗਾ ਔਰ ਇਹ ਜੰਗ ਲੜੀ ਜਾਊਗੀ ਕਿਉਂਕਿ ਮੇਰੀ ਬੁਨਿਆਦੀ ਫਾਈਟ ਮੇਰੀ ਭਾਜਪਾ ਨਾਲ ਕਿਉਂਕਿ ਭਾਜਪਾ ਦੇਸ਼ ਦਾ ਕਰੈਕਟਰ ਬਦਲਣ ਜਾ ਰਹੀ ਹੈ ਦੇਸ਼ ਸਾਡੀ ਜਮਹੂਰੀਅਤ ਨੂੰ ਖਤਮ ਕਰਨ ਜਾ ਰਹੀ ਸੰਵਿਧਾਨ ਨੂੰ ਖਤਰਾ ਖੜਾ ਹੋ ਗਿਆ ਭਾਜਪਾ ਦੇ ਇੱਕ MP ਨੇ ਤਾਂ ਕਹਿ ਵੀ ਦਿੱਤਾ ਕਿ 400 ਜਦੋਂ ਪਾਰ ਦਾ ਮਤਲਬ ਹੈ ਕਿ ਅਸੀਂ ਸੰਵਿਧਾਨ ਬਦਲਾਂਗੇ ਜੋ ਸੰਵਿਧਾਨ ਬਦਲਾਂਗੇ ਤਾਂ ਸਾਡੇ ਸੋ ਸਾਰੇ ਤੁਹਾਡਾ ਮੀਡੀਆ ਦੀ ਆਜ਼ਾਦੀ ਖਤਮ ਹੋਊਗੀ ਵੋਟ ਪਾਉਣ ਦੇ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤੇ ਹੈ ਰੈਜ਼ਰਵੇਸ਼ਨ ਸੰਵਿਧਾਨ ਨੇ ਦਿੱਤੀ ਹੈਗੀ ਹੈ ਮਤਲਬ ਆਈਡੀਆ ਆਫ ਫ੍ਰੀ ਫ੍ਰੀਡਮ ਆਫ ਐਕਸਪ੍ਰੈਸ਼ਨ ਸੰਵਿਧਾਨ ਹੈ ਸਾਨੂੰ ਸੰਵਿਧਾਨ ਨੇ ਬਹੁਤ ਕੁਝ ਦਿੱਤਾ ਹੋਇਆ ਜਿਸ ਕਰਕੇ ਅਸੀਂ ਇੱਕ ਨਾਗਰਿਕ ਤੋਂ ਇੱਕ ਵੋਟਰ ਤੋਂ ਨਾਗਰਿਕ ਬਣੇ ਹੈਗੇ ਅਸੀਂ ਰਾਜ ਹੁਣ ਰਾਜ ਦੀ ਪਰਜਾ ਨਹੀਂ ਹੈਗੀ ਅਸੀਂ ਨਾਗਰਿਕ ਹੈ ਸਾਡੇ ਇੱਕੋ ਹੀ ਵੋਟ ਮੇਰੀ ਹੈ ਇੱਕੋ ਹੀ ਵੋਟ ਰਾਹੁਲ ਗਾਂਧੀ ਦੀ ਹੈ ਇੱਕੋ ਹੀ ਵੋਟ ਪ੍ਰਕਾਸ਼ ਸਿੰਘ ਬਾਦਲ ਦੀ ਸੀ ਇੱਕੋ ਹੀ ਮਹਾਰਾਣੀ ਪ੍ਰਨੀਤ ਕੌਰ ਦੀ ਸ਼੍ਰੀਮਤੀ